ਵੱਲੋਂ ਡਾਕਟਰ ਨਾਨਕ ਸਿੰਘ ਜਿਹੜੇ SSP ਆ ਉਹਨਾਂ ਵੱਲੋਂ ਸਵਾਗਤ ਕੀਤਾ ਗਿਆ ਇਹਨਾਂ ਦੋ ਨੌਜਵਾਨਾਂ ਦਾ, ਨਾਲ ਉਹਨਾਂ ਦੇ ਸਹਾਇਕ ਵੀ ਆ। ਨਾਲ ਇਹ ਤਿੰਨ ਜਾਣੇ ਜਿਹੜੇ ਯਾਤਰਾ ਕਰਕੇ ਆ ਲੋਕਾਂ ਨੂੰ ਜਾਗਰੂਕ ਕਰ ਰਹੇ ਆ। ਅਸੀਂ ਲੋਕਾਂ ਦੇ ਵਿੱਚ ਜਾ ਕੇ ਜੀ ਇੱਕ ਲੱਖਣ ਤਰੀਕੇ ਦੇ ਨਾਲ ਇੱਕ ਪਹਿਲਕਦਮੀ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਹੈ, ਸਾਈਕਲ ਰੈਲੀ। ਇਸ ਪੰਜਾਬ ਤੋਂ ਕੰਨਿਆਕੁਮਾਰੀ ਤੱਕ ਇੱਕ ਸਾਈਕਲ ਰੈਲੀ ਸੀ, ਜਿਸ ਦੇ ਦੌਰਾਨ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ 4000 ਦੇ ਕਰੀਬ ਲਗਭਗ ਕਿਤਾਬਾਂ ਦੇ ਪੰਪਲੇਟ ਜੋ ਪਰਚੇ ਸੀ ਗੁਰੂ ਨਾਨਕ ਦੇਵ ਜੀ ਦੀ ਫਿਲੋਸਫੀ ਬਾਰੇ, ਉਹ ਅਸੀਂ ਕੰਨਿਆਕੁਮਾਰੀ ਤੱਕ ਪਹੁੰਚ ਗਏ ਸੀਗੇ। ਪੰਜਾਬ ਪੁਲਿਸ ਦੇ ਜਵਾਨਾਂ ਨੇ ਕੋਰੋਨਾ ਮਹਾਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਅਨੋਖਾ ਤਰੀਕਾ ਅਪਣਾਇਆ। ਸਾਈਕਲ ਲੈ ਕੇ ਖੜੇ ਦੋਵੇਂ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ, ਜੋ ਮਿਸ਼ਨ ਫਤਿਹ ਦਾ ਹੋਕਾ ਦਿੰਦੇ ਹੋਏ ਕੰਨਿਆਕੁਮਾਰੀ ਤੋਂ ਕਰੀਬ 1500 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਬਠਿੰਡਾ ਪਹੁੰਚੇ ਨੇ, ਜਿਸ ਦੇ ਬਾਰੇ ਸਾਡੇ ਪੱਤਰਕਾਰ ਨਰੇਸ਼ ਸ਼ਰਮਾ ਪੰਜਾਬ ਪੁਲਿਸ ਦੇ ਇਹਨਾਂ ਦੋਵਾਂ ਨੌਜਵਾਨਾਂ ਨਾਲ ਗੱਲਬਾਤ ਕਰਨਗੇ ਤੇ ਜਾਣਨਗੇ ਕਿ ਉਹਨਾਂ ਨੂੰ ਇਸ ਸਫ਼ਰ ਦੌਰਾਨ ਕਿਹੜੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਤੇ ਉਹਨਾਂ ਨੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਬਾਰੇ ਕਿਸ ਤਰ੍ਹਾਂ ਜਾਗਰੂਕ ਕੀਤਾ। ਰੋਲ ਹਕੀਕਤ ਟੀਵੀ ਦੇਖਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਿਪੋਰਟਰ ਨਰੇਸ਼ ਸ਼ਰਮਾ ਬਠਿੰਡਾ। ਸਾਡੇ ਪਿੱਛੇ ਖੜੇ ਆ ਦੋ ਪੁਲਿਸ ਦੇ ਨੌਜਵਾਨ ਜਿਹੜੇ 1300 ਕਿਲੋਮੀਟਰ ਚੱਲ ਕੇ ਆਏ ਅਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਕੋਰੋਨਾ ਨੂੰ ਲੈ ਕੇ। 15 ਦਿਨਾਂ ਦੀ ਇਹਨਾਂ ਦੀ ਯਾਤਰਾ 'ਤੇ ਅੱਜ ਬਠਿੰਡਾ ਪਹੁੰਚੇ ਆ, ਸਵਾਗਤ ਕੀਤਾ ਗਿਆ ਪੁਲਿਸ ਵੱਲੋਂ। ਡਾਕਟਰ ਨਾਨਕ ਸਿੰਘ ਜਿਹੜੇ SSP ਆ ਉਹਨਾਂ ਵੱਲੋਂ ਸਵਾਗਤ ਕੀਤਾ ਗਿਆ ਇਹਨਾਂ ਦੋ ਨੌਜਵਾਨਾਂ ਦਾ, ਨਾਲ ਉਹਨਾਂ ਦੇ ਸਹਾਇਕ ਵੀ ਆ। ਨਾਲ ਇਹ ਤਿੰਨ ਜਾਣੇ ਜਿਹੜੇ ਯਾਤਰਾ ਕਰਕੇ ਆ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਕੋਰੋਨਾ ਤੋਂ ਕਿਸ ਤਰ੍ਹਾਂ ਬਚਿਆ ਜਾਇਆ ਜਾ ਸਕੇ, ਫਿਜ਼ੀਕਲ ਫਿਟਨੈਸ ਬਾਰੇ ਜਾਣਕਾਰੀ ਅਤੇ ਗੱਲਬਾਤ ਕਰਦੇ। ਇਹਨਾਂ ਦਾ ਮੇਨ ਕਿਵੇਂ ਦਿਲ ਦੇ ਵਿੱਚ ਇਹਨਾਂ ਦੇ ਆਇਆ ਵੀ ਲੋਕਾਂ ਨੂੰ ਕਿਸ ਤਰ੍ਹਾਂ ਜਾਗਰੂਕ ਕੀਤਾ ਜਾ ਰਿਹਾ। ਅਕਸਰ ਪੁਲਿਸ ਦੀਆਂ ਤੁਸੀਂ ਦੇਖੇ ਆ ਕਾਫੀ ਪਬਲਿਕ ਨਾਲ ਜਿਹੜੀ ਡੀਲਿੰਗ ਆ, ਲੋਕ ਕਹਿੰਦੇ ਸਹੀ ਨਹੀਂ, ਪਰ ਜਿਹੜੇ ਇਹ ਦੋ ਨੌਜਵਾਨ ਆ ਅੱਜ ਜਿਹੜਾ ਗਾਇਬ ਆ ਜਿਹੜਾ ਉਹ ਪੁਲਿਸ ਦੇ ਲੋਕਾਂ ਦੇ ਵਿੱਚ ਜਿਹੜਾ ਮੇਲ ਮਿਲਾਇਆ ਜਾ ਰਿਹਾ, ਕੀ ਕਹਿਣਾ ਚਾਹੋਗੇ, ਕੀ ਨਾਮ ਆਪਣਾ? ਸਤਿ ਸ਼੍ਰੀ ਅਕਾਲ ਸਰ, ਮੇਰਾ ਨਾਮ ਕਾਂਸਟੇਬਲ ਸਮਨਦੀਪ ਆ ਜੀ, ਮੈਂ ਸੋਸ਼ਲ ਅਵੇਅਰਨੈਸ ਟੀਮ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਤੈਨਾਤ ਹਾਂ ਸਰ। ਅਸੀਂ ਲੋਕਾਂ ਦੇ ਵਿੱਚ ਜਾ ਕੇ ਜੀ ਇੱਕ ਵਿਲੱਖਣ ਤਰੀਕੇ ਦੇ ਨਾਲ ਇੱਕ ਪਹਿਲਕਦਮੀ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਹੈ, ਸਾਈਕਲ ਰੈਲੀ। ਇਹ ਸਾਈਕਲ ਰੈਲੀ ਸਾਡੀ ਜੀ 15 ਜੁਲਾਈ ਨੂੰ ਸ਼ੁਰੂ ਹੋਈ ਸੀ। ਸਰਦਾਰ ਰਾਜ ਬਚਨ ਸਿੰਘ ਸੰਧੂ SSP ਸ਼੍ਰੀ ਮੁਕਤਸਰ ਸਾਹਿਬ ਜੀ ਨੇ ਸਾਨੂੰ ਫਲੈਗ ਆਫ ਕਰਕੇ ਉੱਥੋਂ ਭੇਜਿਆ ਸੀਗਾ ਜੀ। ਇਸ ਸਾਈਕਲ ਰਾਈਡ ਦੇ ਦੌਰਾਨ ਅਸੀਂ ਲੋਕਾਂ ਨੂੰ ਜੋ ਮਹਾਂਮਾਰੀ ਚੱਲ ਰਹੀ ਹੈ, ਕਰੋਨਾ ਦੀ ਬਿਮਾਰੀ ਚੱਲ ਰਹੀ ਹੈ, ਉਸ ਦੇ ਸੰਬੰਧੀ ਅਸੀਂ ਲੋਕਾਂ ਨੂੰ ਜਾਗਰੂਕ ਕੀਤਾ ਜੀ, ਸੈਮੀਨਾਰ ਲਾਏ ਜੀ, ਲੋਕਾਂ ਨੂੰ ਅਵੇਅਰ ਕੀਤਾ, ਅਤੇ ਨਾਲ ਹੀ ਅਸੀਂ ਉਹਨਾਂ ਨੂੰ ਮਹਿਕਮਾ ਪੰਜਾਬ ਪੁਲਿਸ ਵੱਲੋਂ ਜੋ ਸਾਨੂੰ ਮਾਸਕ ਅਵੇਲੇਬਲ ਹੋਏ ਸੀ, ਅਸੀਂ ਉਹਨਾਂ ਨੂੰ ਮਾਸਕ ਵੰਡੇ ਜੀ। ਬਠਿੰਡੇ ਤੱਕ ਅੱਜ ਪਹੁੰਚਦੇ ਅਸੀਂ ਜੀ 5000 ਮਾਸਕ ਵੰਡ ਚੁੱਕੇ ਜੀ। 1300 ਕਿਲੋਮੀਟਰ ਦਾ ਅਸੀਂ ਸਫ਼ਰ ਤੈਅ ਕੀਤਾ ਜੀ। ਮਾਸਕ ਦੇ ਨਾਲ ਅਸੀਂ ਲੋਕਾਂ ਨੂੰ ਸੈਨੇਟਾਈਜ਼ਰ ਵੀ ਦਿੱਤੇ ਜੀ। ਜੋ ਵੀ ਸਾਨੂੰ ਸੜਕ ਦੇ ਕੰਢੇ ਦੇ ਉੱਤੇ ਕੋਈ ਕੰਮ ਕਰਦਾ ਮਿਲਦਾ ਸੀਗਾ, ਕੋਈ ਖੇਤਾਂ ਦੇ ਵਿੱਚ ਮਿਲਦਾ ਸੀਗਾ, ਜਿੱਥੇ ਕਿ ਅਸੀਂ ਜਾਣਦੇ ਹਾਂ ਕਿ ਕੋਈ ਗੱਡੀ ਨਹੀਂ ਜਾ ਸਕਦੀ, ਉੱਥੇ ਸਾਈਕਲਾਂ ਉੱਤੇ ਅਸੀਂ ਜਾਂਦੇ, ਜਿਹੜੇ ਸਾਈਕਲ ਨਹੀਂ ਜਾਂਦਾ ਅਸੀਂ ਚੱਕ ਕੇ ਅਤੇ ਮੁੱਢੇ 'ਤੇ, ਪਰ ਉਹਨਾਂ ਲੋਕਾਂ ਤੱਕ ਪਹੁੰਚ ਕੀਤੀ। ਇਹ ਕਿਵੇਂ ਆਇਆ ਤੁਹਾਡੇ ਮਨ ਦੇ ਵਿੱਚ ਵੀ ਇਸ ਤਰ੍ਹਾਂ ਕੀਤਾ ਜਾਵੇ ਕੋਰੋਨਾ ਦੇ ਵਿੱਚ, ਜਿੱਥੇ ਕੋਰੋਨਾ ਦਾ ਡਰ ਆ ਲੋਕਾਂ ਦੇ ਵਿੱਚ, ਅਤੇ ਤੁਸੀਂ ਇਸ ਤਰ੍ਹਾਂ ਜਾ ਕੇ? ਦੇਖੋ ਸਰ, ਅਸੀਂ ਲਾਸਟ ਈਅਰ ਪੰਜਾਬ ਤੋਂ ਕੰਨਿਆਕੁਮਾਰੀ ਤੱਕ ਇੱਕ ਸਾਈਕਲ ਰਾਈਡ ਕੀਤੀ ਸੀ, ਜਿਸ ਦੇ ਦੌਰਾਨ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ 4000 ਦੇ ਕਰੀਬ ਲਗਭਗ ਕਿਤਾਬਾਂ ਅਤੇ ਪੰਪਲੇਟ ਜੋ ਪਰਚੇ ਸੀ ਗੁਰੂ ਨਾਨਕ ਦੇਵ ਜੀ ਦੀ ਫਿਲੋਸਫੀ ਬਾਰੇ, ਉਹ ਅਸੀਂ ਕੰਨਿਆਕੁਮਾਰੀ ਤੱਕ ਵੰਡ ਕੇ ਆਏ ਸੀਗੇ। ਇਸ ਸਾਡੇ ਇਸ ਕਾਰਜ ਤੋਂ ਸਾਡੇ ਆਫੀਸਰਸ ਬਹੁਤ ਖੁਸ਼ ਸੀਗੇ, ਅਤੇ ਉਹਨਾਂ ਨੇ ਸਾਨੂੰ ਇਸ ਯੋਗ ਸਮਝਿਆ, ਸਾਡੇ SSP ਸਰਦਾਰ ਰਾਜ ਬਚਨ ਸਿੰਘ ਸੰਧੂ ਸਾਹਿਬ ਨੇ, ਅਤੇ ਸਾਡੇ DSP ਹੈੱਡਕੁਆਟਰ ਹਿੰਮਤ ਕੁਮਾਰ ਸ਼ਰਮਾ, ਜਿਹੜੇ ਕਿ ਮੋਰਨਿੰਗ ਟਾਈਮ ਆਪਾਂ ਸਾਈਕਲ ਰਾਈਡਿੰਗ ਕਰਦੇ ਨੇ, ਉਹਨਾਂ ਨੇ ਸਾਨੂੰ ਇਸ ਯੋਗ ਸਮਝਿਆ ਅਤੇ ਸਾਨੂੰ ਉਹਨਾਂ ਨੇ ਇਸ ਵਿਲੱਖਣ ਪਹਿਲ ਦੇ ਲਈ ਸਾਨੂੰ ਚੁਣਿਆ। ਮਾਣ ਮਹਿਸੂਸ ਹੁੰਦਾ ਹੈ ਵੀ ਸਾਨੂੰ ਆਫੀਸਰਸ ਨੇ ਚੁਣਿਆ, ਅਤੇ ਅਸੀਂ ਵੀ ਉਹਨਾਂ ਦੀ ਉਮੀਦਾਂ ਦੇ ਖਰਾ ਉੱਤਰ ਕੇ ਅੱਜ ਬਠਿੰਡੇ ਪਹੁੰਚੇ 1300 ਕਿਲੋਮੀਟਰ ਦੀ ਰਾਈਡ ਕਰਕੇ। ਬਿਲਕੁਲ ਜੀ, 1300 ਕਿਲੋਮੀਟਰ ਦੀ ਰਾਈਡ ਕਰਕੇ ਜਿਹੜੇ ਪਹੁੰਚੇ ਇਹ ਦੋ ਪੁਲਿਸ ਜਵਾਨ, ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ, ਕਿਉਂਕਿ ਇਹਨਾਂ ਨੇ ਗੁਰੂ ਨਾਨਕ ਦੇ 550 ਸਾਲਾਂ ਨੂੰ ਲੈ ਕੇ ਵੀ ਇਹਨਾਂ ਨੇ 4000 ਦੇ ਕਰੀਬ ਪੰਪਲੇਟ ਵੰਡੇ ਪਹਿਲਾਂ ਵੀ ਇਹ ਜਾ ਕੇ, ਅਤੇ ਹੁਣ ਜਿਹੜੇ ਲੋਕਾਂ ਨੂੰ ਕੋਰੋਨਾ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਉਸ ਨੂੰ ਲੈ ਕੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਪਿੰਡ ਪਿੰਡ ਦੇ ਵਿੱਚ ਜਾ ਕੇ, ਸ਼ਹਿਰ ਸ਼ਹਿਰ ਦੇ ਵਿੱਚ। ਕੀ ਨਾਮ ਆਪਣਾ? ਹਾਂਜੀ, ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ, ਮੇਰਾ ਨਾਮ ਸੀਨੀਅਰ ਕਾਂਸਟੇਬਲ ਗੁਰਸੇਖ ਸਿੰਘ ਹੈ ਜੀ। ਅਸੀਂ ਇੱਕ ਸਾਈਕਲ ਰੈਲੀ ਦਾ ਆਗਾਜ਼ ਸਾਡੇ ਪੁਲਿਸ ਪ੍ਰਸ਼ਾਸਨ ਦੁਆਰਾ ਸਾਡੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ SSP ਸਰਦਾਰ ਰਾਜ ਬਚਨ ਸਿੰਘ ਸੰਧੂ ਅਤੇ DSP ਹੈੱਡਕੁਆਟਰ ਸ਼੍ਰੀ ਹਿੰਮਤ ਕੁਮਾਰ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਇੱਕ ਸਾਈਕਲ ਰੈਲੀ ਦਾ ਆਗਾਜ਼ ਕੀਤਾ ਜੀ 15 ਤਰੀਕ ਨੂੰ। ਅਤੇ ਸਾਡਾ ਤਾਂ ਮੇਨ ਮਕਸਦ ਇਸ ਰੈਲੀ ਦਾ ਇਹੀ ਹੈ ਜੀ, ਵੱਧ ਤੋਂ ਵੱਧ ਲੋਕਾਂ ਨੂੰ ਕੋਰੋਨਾ ਦੇ ਬਾਰੇ ਅਵੇਅਰ ਕਰਨਾ, ਕਿਉਂਕਿ ਹਾਲੇ ਤੱਕ ਇਸ ਦਾ ਕੋਈ ਟੀਕਾ ਨਹੀਂ ਗਾ, ਕੋਈ ਇਹਦੀ ਦਵਾਈ ਨਹੀਂ ਹੈਗੀ, ਸਿਰਫ ਇੱਕ ਸਾਵਧਾਨੀਆਂ ਹੀ ਆ ਕੁਝ ਜਿਹੜੀਆਂ ਆਪਾਂ ਲੈ ਕੇ ਇਸ ਬਿਮਾਰੀ ਤੋਂ ਬਚ ਸਕਦੇ ਹਾਂ।
ਸਾਡਾ ਜਿਹੜਾ ਸਾਈਕਲ ਚੁਣਨ ਦਾ ਸਾਡਾ ਮੇਨ ਮਕਸਦ ਇਹੀ ਸੀਗਾ ਵੀ ਡੋਰ ਟੂ ਡੋਰ ਤੋਂ ਵੀ ਅਗਲਾ ਪੁਆਇੰਟ ਆ ਜਿਹੜਾ ਲੋਕਾਂ ਦੇ ਖੇਤਾਂ 'ਚ ਜਾ ਕੇ ਕੰਮ ਕਰਦੇ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਅਤੇ ਜੋ ਸਾਨੂੰ ਡਿਪਾਰਟਮੈਂਟ ਨੇ ਸੈਨੇਟਾਈਜ਼ਰ ਅਤੇ ਮਾਸਕ ਅਵੇਲੇਬਲ ਕਰਾਏ ਸੀਗੇ ਉਹ ਜੀ ਅਸੀਂ ਲਗਭਗ 15 ਜ਼ਿਲ੍ਹਿਆਂ ਦਾ ਸਫ਼ਰ ਤੈਅ ਕਰਕੇ 1300 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅਸੀਂ ਰਸਤੇ ਦੇ ਵਿੱਚ ਡਿਸਟ੍ਰੀਬਿਊਟ ਕੀਤੇ ਆ ਜੀ ਚਾਹੇ ਉਹਨੂੰ ਮਾਸਕ ਦੀ ਲੋੜ ਕਿਸੇ 'ਤੇ ਪਾਇਆ ਸੀਗਾ ਜਾਂ ਨਹੀਂ ਪਾਇਆ ਸੀਗਾ ਸਾਡਾ ਫਰਜ਼ ਆ ਉਹਨੂੰ ਸਾਵਧਾਨੀਆਂ ਬਾਰੇ ਦੱਸਣਾ ਅਤੇ ਉਹਨਾਂ ਨੂੰ ਸੈਨੇਟਾਈਜ਼ਰ ਅਤੇ ਮਾਸਕ ਦੇਣਾ ਜੀ ਬਿਲਕੁਲ ਜੀ 1500 ਕਿਲੋਮੀਟਰ ਇਹ ਯਾਤਰਾ ਤੈਅ ਕਰਕੇ ਆਏ ਆ ਇਹ ਰੂਪ ਤੁਸੀਂ ਪੁਲਿਸ ਦਾ ਦੇਖਿਆ ਦੂਜੇ ਪਾਸੇ ਲੋਕ ਆ ਜਿਹੜੇ ਉਹ ਜਿਹੜੀਆਂ ਭਾਵਨਾ ਜਿਹੜੀਆਂ ਪੁਲਿਸ ਦੀਆਂ ਭਾਵਨਾ ਨਾਲ ਜੁੜੇ ਹੋਏ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਆ ਇਹ ਰੂਪ ਵੀ ਪੁਲਿਸ ਦਾ ਤੁਸੀਂ ਦੇਖ ਰਹੇ ਹੋ ਪਰ ਦੂਜੇ ਪਾਸੇ ਲੋਕ ਸੋਸ਼ਲ ਮੀਡੀਆ 'ਤੇ ਪੁਲਿਸ ਨੂੰ ਭੰਡਦੇ ਵੀ ਨਜ਼ਰ ਆਉਂਦੇ ਅਤੇ ਇੱਕ ਪਾਸੇ ਇਹ ਜਿਹੜੇ ਦੋ ਨੌਜਵਾਨ ਨਿਸਵਾਰਥ ਜਿਹੜੇ ਸੇਵਾ ਕਰ ਰਹੇ ਆ ਲੋਕਾਂ ਦੀ ਲੋਕਾਂ ਨੂੰ ਜਾ ਕੇ ਜਾਗਰੂਕ ਕਰਨਾ ਸੈਨੀਟਾਈਜ਼ਰ ਵੰਡਣੇ ਮਾਸਕ ਵੰਡਣੇ ਇਹ ਵੀ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਡਾਕਟਰ ਨਾਨਕ ਸਿੰਘ ਨੇ ਜਿਹੜੇ SSP ਬਠਿੰਡਾ ਦੇ ਉਹਨਾਂ ਨੇ ਸਵਾਗਤ ਕੀਤਾ ਇਹਨਾਂ ਦਾ ਮੈਂ ਨਰੇਸ਼ ਸ਼ਰਮਾ ਹਕੀਕਤ TV ਬਠਿੰਡਾ ਲੋਕਾਂ ਨੂੰ ਕੋਰੋਨਾ ਬਾਰੇ ਜਾਗਰੂਕ ਕਰਨ ਅਤੇ ਇਸ ਮਹਾਮਾਰੀ ਤੋਂ ਬਚਾਅ ਕਰਨ ਦੇ ਤਰੀਕਿਆਂ ਬਾਰੇ ਦੱਸਣ ਵਾਲੇ ਇਹਨਾਂ ਪੁਲਿਸ ਮੁਲਾਜ਼ਮਾਂ ਦਾ ਬਠਿੰਡਾ ਪਹੁੰਚਣ ਤੇ SSP ਡਾਕਟਰ ਨਾਨਕ ਸਿੰਘ ਨੇ ਨਿੱਘਾ ਸਵਾਗਤ ਕਰਦਿਆਂ ਕੀ ਕਿਹਾ ਆ ਤੁਸੀਂ ਜਰਾ ਉਹ ਵੀ ਸੁਣ ਲਓ ਨੌਜਵਾਨ ਆਏ ਆ ਮੁਕਤਸਰ ਸਾਹਿਬ ਪੁਲਿਸ ਦੇ ਦੋ ਮੁਲਾਜ਼ਮ ਨੇ ਜਿਹੜੇ 15 ਤਰੀਕ ਨੂੰ ਇਹਨਾਂ ਨੇ ਸਾਈਕਲ ਰੈਲੀ ਆਪਣੀ ਸ਼ੁਰੂ ਕੀਤੀ ਸੀ ਅਤੇ ਨੀਅਰਲੀ ਰੋਜ਼ 100 ਕਿਲੋਮੀਟਰ ਚਲਾਉਂਦੇ ਨੇ ਸਾਈਕਲ ਅਲੱਗ ਅਲੱਗ ਸ਼ਹਿਰਾਂ 'ਚ ਅਲੱਗ ਅਲੱਗ ਜ਼ਿਲ੍ਹਿਆਂ 'ਚ ਜਾ ਕੇ ਲੋਕਾਂ ਨੂੰ ਅਵੇਅਰ ਵੀ ਕੀਤਾ ਅਤੇ ਮੈਸੇਜ ਵੀ ਦੇ ਰਹੇ ਆ ਅਤੇ ਮਾਸਕ ਵੀ ਪਾਉਣ ਸੋ ਬਹੁਤ ਚੰਗੀ ਪਹਿਲ ਹੈ ਇਹਨਾਂ ਦੀ SSP ਸਾਹਿਬ ਦੀ ਮੁਕਤਸਰ ਸਾਹਿਬ ਦੀ ਮੈਂ ਇਹਨਾਂ ਵਧਾਈ ਦਊਂਗਾ ਉਹਨਾਂ ਨੇ ਇੰਨਾ ਵਧੀਆ ਇਨੀਸ਼ੀਏਟਿਵ ਲੈ ਕੇ ਇਹਨਾਂ ਨੂੰ ਮੋਟੀਵੇਟ ਕੀਤਾ ਅਤੇ ਇਹਨਾਂ ਨੇ ਵੀ ਆਪਣੇ ਲੈਵਲ 'ਤੇ ਬਹੁਤ ਚੰਗੇ ਤਰੀਕੇ ਨਾਲ ਲੋਕਾਂ ਨੂੰ ਸਰ ਹਜੇ ਵੀ ਜੋ ਜਾਗਰੂਕ ਨਹੀਂ ਹੋ ਰਹੇ ਲੋਕ ਉਹਨਾਂ ਨੂੰ ਕੀ ਅਪੀਲ ਕਰਦੇ ਦੇਖੋ ਜਾਗਰੂਕਤਾ ਜੇ ਮੈਂ ਕਹਾਂ ਲੋਕਾਂ 'ਚ ਨਹੀਂ ਹੈਗੀ ਤਾਂ ਦੈਟ ਵਿਲ ਬੀ ਰੋਂਗ ਲੋਕਾਂ ਨੂੰ ਪਤਾ ਕੀ ਕਰਨਾ ਪਰ ਜਿਹੜੀ ਇਹ ਸੋਚ ਹੈ ਕਿ ਅਸੀਂ ਨਾ ਕਰੀਏ ਤਾਂ ਸਾਨੂੰ ਕੁਛ ਨਹੀਂ ਹੋਊਗਾ ਇਹ ਸੋਚ ਇਹ ਸੋਚ ਛੱਡ ਕੇ ਹਰ ਬੰਦੇ ਨੂੰ ਸੋਚਣਾ ਚਾਹੀਦਾ ਕਿ ਮੇਰੇ ਨੇੜੇ ਤੇੜੇ ਵੀ ਕਿਸੇ ਨੂੰ ਹੋ ਸਕਦਾ ਕਰੋਨਾ ਮੈਨੂੰ ਵੀ ਹੋ ਸਕਦਾ ਅਤੇ ਕੋਈ ਏਜ ਬਾਰ ਨਹੀਂ ਮੇਰਾ ਕੋਈ ਇਮਿਊਨਿਟੀ ਬਾਰ ਨਹੀਂ ਕੁਛ ਨਹੀਂ ਜੇ ਅਸੀਂ ਕਹੀਏ ਕਿ ਕੋਈ ਯੰਗ ਏਜ ਵਾਲੇ ਬਚ ਜਾਣਗੇ ਜਾਂ ਉਹਨਾਂ ਨੂੰ ਨਹੀਂ ਹੋ ਸਕਦਾ ਇਹਦਾ ਲਾਸਟਿੰਗ ਡੈਮੇਜ ਤਾਂ ਰਹਿੰਦਾ ਹੀ ਰਹਿੰਦਾ ਚਾਹੇ ਥੋੜ੍ਹਾ ਰਹੇ ਚਾਹੇ ਜ਼ਿਆਦਾ ਤੋਂ ਅਸੀਂ ਕੋਸ਼ਿਸ਼ ਕਰੀਏ ਕਿ ਆਪਣੇ ਆਪ ਨੂੰ ਬਚਾ ਸਕੀਏ ਅਵੇਅਰਨੈਸ ਮੈਨੂੰ ਲੱਗਦਾ ਲੋਕਾਂ 'ਚ ਹੋਈ ਬਟ ਇਟਸ ਜਸਟ ਅਬਾਊਟ ਕਿ ਉਹਨੂੰ ਸਮਝ ਨਾ ਕਿ ਉਹਦੀ ਲੋੜ ਕੀ ਹੈ ਅਤੇ ਕੀ ਉਹਦੇ ਕੋਰੋਨਾ ਦੌਰਾਨ ਪੰਜਾਬ ਪੁਲਿਸ ਨੇ ਲੋਕਾਂ ਦਾ ਬਹੁਤ ਸਹਿਯੋਗ ਦਿੱਤਾ ਭਾਵੇਂ ਉਹ ਰਾਸ਼ਨ ਦੀ ਸੇਵਾ ਹੋਵੇ ਜਾਂ ਹਸਪਤਾਲਾਂ 'ਚ ਪਏ ਕੋਰੋਨਾ ਪੀੜਤਾਂ ਦੀ ਸੇਵਾ ਪੰਜਾਬ ਪੁਲਿਸ ਦੇ ਇਨ੍ਹਾਂ ਸਮਾਜ ਸੇਵੀ ਕੰਮਾਂ ਨੇ ਪੁਲਿਸ ਦੀ ਇੱਕ ਵੱਖਰੀ ਪਹਿਚਾਣ ਕਾਇਮ ਕੀਤੀ ਹੈ ਹਕੀਕਤ TV ਪੰਜਾਬੀ ਲਈ ਬਠਿੰਡਾ ਤੋਂ ਨਰੇਸ਼ ਸ਼ਰਮਾ ਦੀ ਰਿਪੋਰਟ